ਅੱਜ ਤੁਹਾਨੂੰ ਦੱਸਾਂਗੇ ਕਿ ਖੀਰੇ ਦੇ ਕੀ ਗੁਣ ਨੇ ਜਿਹੜੇ ਸਾਨੂੰ ਮਿਲ ਸਕਦੇ ਨੇ, ਕਿਸ ਤਰੀਕੇ ਨਾਲ ਖਾ ਸਕਦੇ ਹਾਂ। ਸਾਡਾ ਪੇਟ ਸੈੱਟ ਰਹਿਣ ਲੱਗ ਗਿਆ। ਵੱਡੀ ਗੱਲ ਕੀ ਆ ਕਿ ਸਾਡਾ ਜਿਹੜਾ ਕੈਪਸੂਲ ਖਾਂਦੇ ਸੀ ਅਸੀਂ ਗੈਸ ਦਾ ਰੋਜ਼, ਉਹ ਜਿਹੜਾ ਛਣਕਣੇ ਵਾਂਗੂ ਖੜਕਦਾ ਵੀ ਉਹ ਵੀ ਛੁੱਟ ਗਿਆ। ਮਤਲਬ ਸਾਨੂੰ ਡਰ ਸੀਗਾ ਵੀ ਇਹ ਕੈਪਸੂਲ ਕਿਤੇ ਸਾਡੇ ਇੰਟਰਸਟੇਨ ਦੇ ਵਿੱਚ ਕੈਂਸਰ ਦਾ ਕਾਰਨ ਨਾ ਬਣ ਜਾਵੇ। ਮਤਲਬ ਇੰਟਰਸਟੇਨ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ, ਵੀਕ ਹੋ ਰਿਹਾ ਸੀ ਅੰਦਰਲਾ ਸਾਰਾ ਨਾੜੀ ਸਿਸਟਮ, ਤਾਂ ਉਹਦੇ ਕਰਕੇ ਡਰ ਸੀ। ਪਰ ਜਦੋਂ ਦਾ ਖੀਰਾ ਤੁਸੀਂ ਦੱਸਿਆ, ਉਹ ਤੋਂ ਬਾਅਦ ਸਾਡੇ ਜਿਹੜੇ ਗੈਸਟ੍ਰਿਕ ਪ੍ਰੋਬਲਮ ਸੀ ਉਹ ਵੀ ਠੀਕ ਹੋਈਆਂ ਅਤੇ ਉਹ ਕੈਪਸੂਲ ਛੁੱਟ ਗਿਆ। ਖੀਰੇ ਦੇ ਵਿੱਚ ਨਾ ਇੱਕ ਪੋਇਜ਼ਨ ਹੁੰਦੀ ਆ ਜਿਹੜੀ ਸਾਡੇ ਬੋਡੀ 'ਚ ਐਂਟੀ ਆਕਸੀਡੈਂਟ ਦਾ ਕੰਮ ਕਰਦੀ ਆ ਔਰ ਸੇਫ ਆ, ਨੁਕਸਾਨ ਨਹੀਂ ਕਰਦੀ। ਕਿਹਾ ਕਿ ਇਹਦਾ ਜੂਸ ਕੱਢ ਲਓ ਖੀਰੇ ਦਾ, ਐਡਾ ਕੁ ਗਲਾਸ, ਮਤਲਬ ਦੋ ਖੀਰਿਆਂ ਦਾ ਜੂਸ ਕੱਢੋ, ਅੱਧਾ ਪੌਣਾ ਗਲਾਸ ਭਰ ਜਾਂਦਾ। ਉਹ 'ਚ ਕੁਛ ਨਹੀਂ ਪਾਉਣਾ, ਉਹਨੂੰ ਤੁਸੀਂ ਪੀਣਾ। ਕਿੰਨਾ ਪੀਣਾ? ਉਹ 'ਚੋਂ ਅੱਧਾ ਪੀਣਾ, ਅੱਧਾ ਰੱਖ ਲੈਣਾ ਇੱਕ ਕੌਲੀ 'ਚ ਕੱਢ ਕੇ ਪਹਿਲਾਂ ਹੀ। ਉਹ ਜਿਹੜਾ ਕੱਢਿਆ ਹੋਇਆ ਉਹਨੂੰ ਐਂ ਐਂ ਕਰਕੇ ਨਾ ਰੂਹ ਨਾਲ ਡਿਪ ਕਰਕੇ ਚਿਹਰੇ 'ਤੇ ਲਾਓ। ਚਿਹਰੇ 'ਤੇ ਲਾ ਕੇ ਉਹਨੂੰ ਚੰਗੀ ਤਰ੍ਹਾਂ ਮਲੋ, ਮਲ ਮਲ ਕੇ ਉਹਨੂੰ ਚੰਗੀ ਤਰ੍ਹਾਂ ਚਿਹਰਾ ਧੋਵੋ। ਔਰ ਕਮਾਲ ਹੈ, ਮੈਂ ਦੇਖਿਆ, ਹੈਰਾਨ ਕਰਤਾ ਲੋਕਾਂ ਨੇ, ਉਹ ਇੰਨੇ ਸੋਹਣੀ ਚਮਕ ਆਈ ਸਕਿਨ ਦੇ ਉੱਤੇ, ਸੋਚ ਵੀ ਨਹੀਂ ਸਕਦੇ। ਔਰ ਫਿਰ ਉਸ ਤੋਂ ਬਾਅਦ ਹੱਥਾਂ ਦੇ ਉੱਤੇ ਜਿਵੇਂ ਕਾਲਸ ਜੰਮ ਜਾਂਦੀ ਆ, ਜਿਹੜੇ ਬੱਚੇ ਜਾਂ ਬੱਚੀਆਂ ਬਾਈਕ ਚਲਾਉਂਦੇ ਆ, ਐਕਟੀਵਾ ਚਲਾਉਂਦੇ ਆ, ਉਹਨਾਂ ਦੇ ਹੱਥਾਂ 'ਤੇ ਬੜੀ ਕਾਲਸ ਜੰਮ ਜਾਂਦੀ ਆ। ਅਤੇ ਹੋਰ ਵੀ ਜਿਹੜੇ ਆਪਾਂ ਧੁੱਪ 'ਚ ਕੰਮ ਕਰਦੇ ਹਾਂ, ਟੈਨ ਹੋ ਜਾਂਦੀ ਆ ਸਕਿਨ, ਉਹਦੇ 'ਚ ਇੰਨਾ ਕੰਮ। ਖੀਰੇ ਨੂੰ ਤਾਂ ਤੁਸੀਂ ਐਂ ਸਮਝ ਲਓ ਵੀ ਤੁਹਾਡੇ ਲਈ ਅੰਮ੍ਰਿਤ ਹੈ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਤੋਂ ਪਹਿਲਾਂ ਵੀ ਦੋ ਵਾਰ ਮੁਲਾਕਾਤਾਂ ਕਰ ਚੁੱਕੇ ਹਾਂ ਅਤੇ ਉਹਨਾਂ ਮੁਲਾਕਾਤਾਂ ਦੇ ਵਿੱਚ ਅਸੀਂ ਖੀਰੇ ਬਾਰੇ ਗੱਲਬਾਤ ਕਰ ਚੁੱਕੇ ਹਾਂ। ਤੁਹਾਨੂੰ ਦੱਸ ਚੁੱਕੇ ਹਾਂ ਕਿ ਖੀਰਾ ਕਿੱਦਾਂ ਖਾਣਾ ਚਾਹੀਦਾ ਹੈ, ਖਾਲੀ ਪੇਟ ਖਾਣਾ ਚਾਹੀਦਾ, ਉਹਦੇ ਕਿੰਨੇ ਬੈਨੀਫਿਟਸ ਹੁੰਦੇ ਆ। ਅਤੇ ਅੱਜ ਤੁਹਾਨੂੰ ਦੱਸਾਂਗੇ ਕਿ ਖੀਰੇ ਦੇ ਹੋਰ ਕੀ ਗੁਣ ਨੇ ਜਿਹੜੇ ਸਾਨੂੰ ਮਿਲ ਸਕਦੇ ਨੇ, ਜਿਹੜਾ ਜਿਸ ਤਰੀਕੇ ਨਾਲ ਅਸੀਂ ਕਿਸ ਤਰੀਕੇ ਨਾਲ ਖਾ ਸਕਦੇ ਹਾਂ, ਜਿਹੜਾ ਸਾਡੇ ਲਈ ਖੀਰਾ ਆ ਹੋਰ ਵੀ ਜ਼ਿਆਦਾ ਲਾਭਦਾਇਕ ਹੋ ਸਕਦਾ ਹੈ। ਗੱਲਬਾਤ ਕਰਾਂਗੇ, ਸਾਡੇ ਨਾਲ ਸੁਭਾਸ਼ ਗੋਇਲ ਮੌਜੂਦ ਹੈ, ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸਰ, ਬਹੁਤ ਬਹੁਤ ਸਵਾਗਤ ਹੈ। ਜਸ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਅਸੀਂ ਖੀਰੇ ਬਾਰੇ ਗੱਲ ਕੀਤੀ ਹੈ, ਕਈ ਵਾਰੀ ਕੀਤੀ ਹੈ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਆਪਾਂ ਕਈ ਵਾਰੀ ਗੱਲ ਕੀਤੀ ਹੈ ਖੀਰੇ ਦੇ ਉੱਪਰ, ਔਰ ਮੈਂ ਲੋਕਾਂ ਨੂੰ ਕਿਹਾ ਸੀ ਕਿ ਸਵੇਰੇ ਖਾਲੀ ਪੇਟ ਖਾਣਾ ਸ਼ੁਰੂ ਕਰ ਦਿਉ, ਔਰ ਲੋਕਾਂ ਨੇ ਖਾਇਆ ਵੀ। ਔਰ ਜਦੋਂ ਉਹਨਾਂ ਨੇ ਖਾਇਆ, ਜਦੋਂ ਦੇ ਗੁਣ ਦੱਸੇ ਮੈਨੂੰ ਉਹਨਾਂ ਨੇ ਖਾ ਕੇ ਵੀ, ਗੁਲ ਸਾਹਿਬ ਸਾਡਾ ਪੇਟ ਸੈੱਟ ਰਹਿਣ ਲੱਗ ਗਿਆ। ਔਰ ਵੱਡੀ ਗੱਲ ਕੀ ਆ ਕਿ ਸਾਡਾ ਜਿਹੜਾ ਕੈਪਸੂਲ ਖਾਂਦੇ ਸੀ ਅਸੀਂ ਗੈਸ ਦਾ ਰੋਜ਼, ਉਹ ਜਿਹੜਾ ਛਣਕਣੇ ਵਾਂਗੂ ਖੜਕਦਾ ਵੀ ਉਹ ਵੀ ਛੁੱਟ ਗਿਆ। ਮਤਲਬ ਸਾਨੂੰ ਡਰ ਸੀਗਾ ਵੀ ਇਹ ਕੈਪਸੂਲ ਕਿਤੇ ਸਾਡੇ ਇੰਟਰਸਟੇਨ ਦੇ ਵਿੱਚ ਕੈਂਸਰ ਦਾ ਕਾਰਨ ਨਾ ਬਣ ਜਾਵੇ। ਮਤਲਬ ਇੰਟਰਸਟੇਨ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ, ਵੀਕ ਹੋ ਰਿਹਾ ਸੀ ਅੰਦਰਲਾ ਸਾਰਾ ਨਾੜੀ ਸਿਸਟਮ, ਤਾਂ ਉਹਦੇ ਕਰਕੇ ਡਰ ਸੀ। ਪਰ ਜਦੋਂ ਦਾ ਖੀਰਾ ਤੁਸੀਂ ਦੱਸਿਆ, ਉਹ ਤੋਂ ਬਾਅਦ ਸਾਡੇ ਜਿਹੜੇ ਗੈਸਟ੍ਰਿਕ ਪ੍ਰੋਬਲਮ ਸੀ ਉਹ ਵੀ ਠੀਕ ਹੋਈਆਂ ਅਤੇ ਉਹ ਕੈਪਸੂਲ ਛੁੱਟ ਗਿਆ। ਇਹਦਾ ਰੀਜ਼ਨ ਪਤਾ ਕੀ ਆ? ਖੀਰੇ ਦੇ ਵਿੱਚ ਨਾ ਇੱਕ ਪੋਇਜ਼ਨ ਹੁੰਦੀ ਆ ਜਿਹੜੀ ਸਾਡੇ ਬੋਡੀ 'ਚ ਐਂਟੀ ਆਕਸੀਡੈਂਟ ਦਾ ਕੰਮ ਕਰਦੀ ਆ ਔਰ ਸੇਫ ਆ, ਨੁਕਸਾਨ ਨਹੀਂ ਕਰਦੀ। ਔਰ ਉਹਦਾ ਕੀ ਆ, ਹੁਣ ਇੱਕ ਚੀਜ਼ ਅੱਜ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਖੀਰੇ ਬਾਰੇ, ਕਿਉਂਕਿ ਮੈਨੂੰ ਤਾਂ ਪਤਾ ਹੀ ਹੋਣ ਲੱਗੇ ਵੀ ਇਹ ਖੀਰਾ ਨਹੀਂ ਇਹ ਤਾਂ ਹੀਰਾ, ਅਤੇ ਸੱਚਮੁੱਚ ਹੀਰਾ ਆਪਣੀ ਸਿਹਤ ਵਾਸਤੇ। ਜਿਹੜਾ ਹੀਰਾ ਅਸੀਂ ਪਹਿਨਦੇ ਹਾਂ ਅੰਗੂਠੀ ਦੇ ਵਿੱਚ, ਉਹ ਸਾਡੀ ਵੈਸੇ ਸ਼ਾਨ ਵਧਾਉਂਦਾ। ਇਹਨੂੰ ਜੇ ਅਸੀਂ ਖਾਂਦੇ ਹਾਂ, ਪੀਂਦੇ ਹਾਂ, ਲਾਉਂਦੇ ਹਾਂ, ਮਲਦੇ ਹਾਂ, ਤਾਂ ਇਹ ਸਾਡੀ ਊਂ ਹੀ ਸਿਹਤ ਬਣਾਉਂਦਾ। ਇਹਦਾ ਕੀ ਹੈ, ਵੱਡੀ ਚੀਜ਼ ਮੈਂ ਦੇਖੀ ਕਿ ਖੀਰਾ ਜਿਹੜਾ ਹੈਗਾ, ਅਸੀਂ ਕੁੜੀਆਂ ਨੂੰ ਦੱਸਿਆ, ਜਿਹੜੇ ਸਾਡੇ ਕੋਲ ਸਟਾਫ ਦੇ ਵਿੱਚ ਇਸ ਟਾਈਮ 150 ਤੋਂ ਉੱਪਰ ਬੱਚੇ ਕੰਮ ਕਰਦੇ ਆ, ਉਹਨਾਂ ਨੂੰ ਕਿਹਾ ਕਿ ਇਹਨੂੰ ਯੂਜ਼ ਕਰੋ। ਉਹ ਕਹਿੰਦੇ, ਸਰ ਅਸੀਂ ਇਹਨੂੰ ਯੂਜ਼ ਕੀਤਾ। ਉਹਨਾਂ ਨੂੰ ਕਿਹਾ ਕਿ ਇਹਦਾ ਜੂਸ ਕੱਢ ਲਓ ਖੀਰੇ ਦਾ, ਐਡਾ ਕੁ ਗਲਾਸ, ਮਤਲਬ ਦੋ ਖੀਰਿਆਂ ਦਾ ਜੂਸ ਕੱਢੋ, ਅੱਧਾ ਪੌਣਾ ਗਲਾਸ ਭਰ ਜਾਂਦਾ। ਉਹ 'ਚ ਕੁਛ ਨਹੀਂ ਪਾਉਣਾ, ਉਹਨੂੰ ਤੁਸੀਂ ਪੀਣਾ। ਕਿੰਨਾ ਪੀਣਾ? ਉਹ 'ਚੋਂ ਅੱਧਾ ਪੀਣਾ, ਅੱਧਾ ਰੱਖ ਲੈਣਾ।
ਇੱਕ ਕੌਲੀ 'ਚ ਕੱਢ ਕੇ ਪਹਿਲਾਂ ਹੀ, ਉਹ ਜਿਹੜਾ ਕੱਢਿਆ ਹੋਇਆ ਉਹਨੂੰ ਐਂ ਐਂ ਕਰਕੇ ਨਾ ਰੂੰ ਨਾਲ ਡਿਪ ਕਰਕੇ ਚਿਹਰੇ 'ਤੇ ਲਾਓ, ਚਿਹਰੇ 'ਤੇ ਲਾ ਕੇ ਉਹਨੂੰ ਚੰਗੀ ਤਰ੍ਹਾਂ ਮਲੋ, ਮਲ ਮਲ ਕੇ ਉਹਨੂੰ ਚੰਗੀ ਤਰ੍ਹਾਂ ਚਿਹਰਾ ਧੋਵੋ। ਅਰ ਕਮਾਲ ਹੈ, ਮੈਂ ਦੇਖਿਆ ਹੈਰਾਨ ਕਰਤਾ ਲੋਕਾਂ ਨੇ, ਉਹ ਇੰਨੇ ਸੋਹਣੀ ਚਮਕ ਆਈ ਸਕਿੰਨ ਦੇ ਉੱਤੇ, ਸੋਚ ਵੀ ਨਹੀਂ ਸਕਦੇ। ਔਰ ਫਿਰ ਉਸ ਤੋਂ ਬਾਅਦ ਹੱਥਾਂ ਦੇ ਉੱਤੇ ਜਿਵੇਂ ਕਾਲਸ ਜੰਮ ਜਾਂਦੀ ਹੈ, ਜਿਹੜੇ ਬੱਚੇ ਜਾਂ ਬੱਚੀਆਂ ਬਾਈਕ ਚਲਾਉਂਦੇ ਆ, ਐਕਟੀਵਾ ਚਲਾਉਂਦੇ ਆ, ਉਹਨਾਂ ਦੇ ਹੱਥਾਂ 'ਤੇ ਬੜੀ ਕਾਲਸ ਜੰਮ ਜਾਂਦੀ ਆ, ਅਤੇ ਹੋਰ ਵੀ ਜਿਹੜੇ ਆਪਾਂ ਧੁੱਪ 'ਚ ਕੰਮ ਕਰਦੇ ਹਾਂ, ਟੈਨ ਹੋ ਜਾਂਦੀ ਆ ਸਕਿੰਨ, ਉਹਦੇ 'ਚ ਇੰਨਾ ਕੰਮ। ਖੀਰੇ ਨੂੰ ਤਾਂ ਤੁਸੀਂ ਐਂ ਸਮਝ ਲਓ ਵੀ ਤੁਹਾਡੇ ਲਈ ਅੰਮ੍ਰਿਤ ਹੈ, ਜਿਵੇਂ ਤ੍ਰਿਫਲਾ ਕਹਿਣਾ ਹੁੰਦਾ ਨਾ ਮੈਂ, ਉਵੇਂ ਖੀਰੇ ਦੇ ਰਿਜ਼ਲਟ ਆਏ ਨੇ। ਇਹ ਮਿਲੀਅਨ ਮਿਲੀਅਨ, ਮੈਂ ਕਹਿੰਦਾ ਖੀਰੇ ਦਾ ਸਾਡਾ ਜਿਹੜਾ ਉਹ ਸੀਗਾ, ਇੱਕ ਵੀਡੀਓ ਪਾਇਆ ਸੀ ਵੀ ਖਾਲੀ ਪੇਟ ਖੀਰਾ ਖਾਓ, ਇੰਨੀ ਗੱਲ ਕਹੀ ਸੀ ਮੈਂ, ਲੋਕਾਂ ਨੇ ਸ਼ੁਰੂ ਕੀਤਾ। 7 ਮਿਲੀਅਨ ਤੋਂ ਜ਼ਿਆਦਾ ਮੈਂ ਉਹਦੇ ਵਿਊ ਦੇਖੇ। ਉਸ ਤੋਂ ਬਾਅਦ ਜਦੋਂ ਮੈਂ ਅੱਜ ਖੋਲ੍ਹਿਆ ਉਹਨੂੰ, ਅੱਜ ਉਹਦਾ 17 ਮਿਲੀਅਨ ਹੋਇਆ ਪਿਆ। ਲੋਕ ਇੱਕ ਦੂਜੇ ਨੂੰ ਸ਼ੇਅਰ ਕਰਦੇ ਆ, ਇਹ ਅੱਛੀ ਗੱਲ ਹੈ, ਸ਼ੇਅਰ ਕਰਨਾ ਚਾਹੀਦਾ। ਮੈਨੂੰ ਇਹ ਨਹੀਂ ਹੈ ਕਿ ਕੋਈ, ਪਰ ਇੱਕ ਗੱਲ ਹੈ ਜਿਹੜੀ ਗੱਲ ਫਾਇਦਾ ਕਰਦੀ ਆਪਾਂ ਉਹੀ ਦੱਸਦੇ ਹਾਂ, ਔਰ ਅੱਜ ਖੀਰੇ ਦੀ ਗੱਲ ਕੀਤੀ ਹੈ ਔਰ ਕਮਾਲ ਦਾ ਰਿਜ਼ਲਟ ਹੈ ਖੀਰੇ ਦਾ। ਔਰ ਹੁਣ ਜਿਵੇਂ ਗਰਮੀਆਂ ਆਉਣੀਆਂ ਨੇ, ਬਹੁਤ ਜ਼ਿਆਦਾ ਪੀਕ ਦੀ ਗਰਮੀ ਪੈਣ ਵਾਲੀ ਹੈ, ਮੈਂ ਤੁਹਾਨੂੰ ਇਹ ਦੱਸ ਦਿੰਦਾ, ਖੀਰੇ ਦਾ ਰਸ ਜਿਹੜਾ ਕੱਢ ਕੇ ਉਹ ਪੀਣਾ ਵੀ ਆਪਾਂ ਨੇ, ਔਰ ਖੀਰੇ ਨੂੰ ਜਿਹੜਾ ਹੈਗਾ ਮਲਣਾ ਵੀ ਹੈ ਸਕਿੰਨ ਦੇ ਉੱਤੇ, ਫੇਸ 'ਤੇ ਮਲ ਲਓ, ਹੱਥਾਂ 'ਤੇ ਮਲ ਲਓ, ਆਹ ਡੋਲੇ ਡੂਲੇ ਜਿਹੜੇ ਕੁੜੀਆਂ ਦੇ ਨੰਗੇ ਰਹਿ ਜਾਂਦੇ ਨੇ, ਬਾਹਾਂ ਮੁੰਡਿਆਂ ਕੁੜੀਆਂ ਦੇ ਅੱਧੀਆਂ ਟੀ ਸ਼ਰਟਾਂ ਪਾ ਕੇ ਡੋਲੇ ਦਿਖਾਉਂਦੇ ਆ, ਅਤੇ ਉਹਨਾਂ ਦੀ ਵੀ ਪ੍ਰੋਬਲਮ ਆਉਂਦੀ ਆ, ਅਤੇ ਉਹਨਾਂ ਨੂੰ ਇਹ ਮਲਣਾ ਚਾਹੀਦਾ। ਇਹਨੂੰ ਮਲ ਕੇ ਤੁਸੀਂ ਦੇਖੋਗੇ ਸਕਿੰਨ ਟੈਨ ਨਹੀਂ ਹੋਊਗੀ ਔਰ ਸਕਿੰਨ ਸਾਫ਼ ਰਹੂਗੀ। ਕਿਆ ਫਾਇਦੇ ਹੁੰਦੇ ਨੇ ਜੀ ਖੀਰੇ ਦੇ, ਹੋਰ ਦੱਸੋ। ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕੀਤੀ ਟਾਈਮ ਦਿੱਤਾ ਜੀ, ਤੁਹਾਡਾ ਵੀ ਜਸ਼, ਬਹੁਤ ਬਹੁਤ ਸ਼ੁਕਰੀਆ। ਔਰ ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਉਹ ਇਸ ਗੱਲ ਨੂੰ ਬਿਲਕੁਲ ਪੱਲੇ ਮੰਨ ਲਓ ਕਿ ਜਿਹੜਾ ਖੀਰਾ ਹੈਗਾ ਇਹਨੂੰ ਆਪਾਂ ਨੇ ਯੂਜ਼ ਕਰਨਾ, ਔਰ ਯੂਜ਼ ਕਰਕੇ ਜੇ ਆਪਾਂ ਨੂੰ ਫਾਇਦਾ ਹੁੰਦਾ, ਆਪਣੇ ਜਿਹੜੇ ਦੇਸ਼ ਦੇ ਬਾਕੀ ਲੋਕ ਆ ਜਾਂ ਆਪਣੇ ਰਿਸ਼ਤੇਦਾਰ ਆ, ਮਿੱਤਰ ਆ, ਸਾਰਿਆਂ ਨੂੰ ਵੀਡੀਓ ਸ਼ੇਅਰ ਕਰਨਾ। ਥੈਂਕ ਯੂ ਜੀ, ਲਾਈਕ ਕਮੈਂਟਸ ਜ਼ਰੂਰ ਕਰਿਓ, ਸ਼ੇਅਰ ਕਰ ਦਿਓ ਵੀਡੀਓ ਨੂੰ, ਦੇਖਦੇ ਰਹੋ ਸਾਡਾ ਚੈਨਲ। ਮਿਲਦੇ ਹੋ ਇਜਾਜ਼ਤ, ਸਤਿ ਸ਼੍ਰੀ ਅਕਾਲ।